ਪਾਕਿਸਤਾਨ ਲਈ ਅੱਜ ਦਾ ਦਿਨ ਇਤਿਹਾਸਿਕ ਦਿਨ ਹੈ। ਅੱਜ ਦਾ ਇਹ ਦਿਨ ਦੋਹਾਂ ਦੇਸ਼ਾਂ ਲਈ ਬਹੁਤ ਖਾਸ ਅਤੇ ਇਤਿਹਾਸਿਕ ਹੈ। ਅੱਜ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕੀਤਾ ਗਿਆ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣਾ ਸੰਬੋਧਨ ਹਿੰਦੁਸਤਾਨ ਜੀਵੇ ਪਾਕਿਸਤਾਨ ਜੀਵੇ ਸ਼ੇਅਰ ਨਾਲ ਸ਼ੁਰੂ ਕੀਤਾ। ਇਸ ਮੌਕੇ ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਇਮਰਾਨ ਖਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਲੋਕਾਂ ਦੇ ਦਿਲਾਂ ਨੂੰ ਮਿਲਾਉਣ ਵਾਲਾ ਹੈ। ਜਦੋਂ ਵੀ ਕਰਤਾਰਪੁਰ ਲਾਂਘੇ ਦਾ ਇਤਿਹਾਸ ਲਿਖਿਆ ਜਾਏਗਾ, ਪਹਿਲੇ ਪੰਨੇ 'ਤੇ ਇਮਰਾਨ ਦਾ ਨਾਮ ਲਿਖਿਆ ਜਾਏਗਾ। ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੋਵੇਂ ਸਰਕਾਰਾਂ ਦਾ ਧੰਨਵਾਦ ਵੀ ਜਤਾਇਆ। ਹਿੰਦੁਸਤਾਨ ਜੀਵੇ ਅਤੇ ਪਾਕਿਸਤਾਨ ਜੀਵੇ, ਹੱਸਦਾ ਵੱਸਦਾ ਇਹ ਸਾਰਾ ਜਹਾਨ ਜੀਵੇ, ਧਰਤੀ ਪੌਣ ਪਾਣੀ ਬੂਟੇ ਜੀਵ ਪ੍ਰਾਣੀ ਸੂਰਜ ਚੰਨ ਸਿਤਾਰੇ ਇਹ ਸਾਰਾ ਅਸਮਾਨ ਜੀਵੇ, ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ ਅਤੇ ਸ਼ਾਨ ਬਾਨ ਆਨ ਦੇ ਨਾਲ ਹਰ ਇਨਸਾਨ ਜੀਵੇ ਅਤੇ ਪਿਆਰ ਅਮਨ ਖੁਸ਼ਹਾਲੀ ਦਾ ਰੂਪ ਬਣ ਕੇ ਮੇਰਾ ਯਾਰ ਦਿਲਦਾਰ ਇਮਰਾਨ ਖਾਨ ਜੀਵੇ। ਮੈਂ ਇਸ ਕੋਰੀਡੋਰ ਨੂੰ ਇੱਕ ਬਹੁਤ ਵੱਡੀ ਸੰਭਾਵਨਾ ਦੇਖਦਾ। ਇਹ ਕੋਰੀਡੋਰ ਜੋੜਨ ਵਾਲਾ ਹੈ, ਇਹ ਲੋਕਾਂ ਦੇ ਦਿਲ ਮਿਲਾਉਣ ਵਾਲਾ ਹੈ, ਇਹ ਦਿਲਾਂ ਦੇ ਦਰਵਾਜ਼ੇ ਖੋਲ੍ਹਣ ਵਾਲਾ ਹੈ, ਇਹ ਸੰਪਰਕ ਕਰਾਉਣ ਵਾਲਾ ਹੈ। ਜਦੋਂ ਕੰਟੈਕਟ ਟੁੱਟਦਾ, ਸੰਪਰਕ ਟੁੱਟਦਾ ਤਾਂ ਸੰਦੇਹ ਪੈਦਾ ਹੁੰਦਾ ਔਰ ਸੰਦੇਹ ਦੇ ਤਰਾਤਲ ਦੇ ਉੱਤੇ ਆਤਮ ਵਿਸ਼ਵਾਸ ਪਿਘਲ ਜਾਂਦਾ ਹੈ। ਬੜੀ ਦੇਰਾਂ ਦਾ ਇਹ ਸੰਪਰਕ ਟੁੱਟਿਆ ਹੋਇਆ ਸੀ ਔਰ ਮੈਂ ਸ਼ੁਕਰਗੁਜ਼ਾਰ ਹਾਂ ਹਿੰਦੁਸਤਾਨ ਦੀ ਸਰਕਾਰ ਦਾ ਔਰ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦਾ ਕਿ ਜਿਹਨਾਂ ਦੁਬਾਰਾ ਇਹ ਸੰਪਰਕ ਬਣਾਇਆ। ਇਹ ਦਿਨ ਖਾਸ ਹੈ, ਇਹ 12 ਕਰੋੜ ਨਾਨਕ ਨਾਮ ਲੇਵਾ ਦਾ ਵਿਸ਼ਵਾਸ ਹੈ ਔਰ ਸੱਚ ਪੁੱਛੋ ਇਹ ਜਿਉਂਦਾ ਜਾਗਦਾ ਇਤਿਹਾਸ ਹੈ, ਇਹ ਜਿਉਂਦਾ ਜਾਗਦਾ ਇਤਿਹਾਸ ਹੈ। ਦੋਨੋਂ ਸਰਕਾਰੋਂ ਕੋ ਇਹ ਅਹਿਸਾਸ ਹੋਣਾ ਚਾਹੀਏ ਕਿ ਹਮੇ ਆਗੇ ਬਢਣਾ ਚਾਹੀਏ। ਇਹ ਬਾਰਡਰ ਅਗਰ ਖੁੱਲ੍ਹੇਂਗੇ, ਪੰਜਾਬ ਮੇਲ ਚਲਤੀ ਥੀ, ਮੇਰੇ ਪਿਤਾ ਮੁਝੇ ਕਹਾ ਕਰਤੇ ਥੇ ਪੰਜਾਬ ਮੇਲ ਚਲਤੀ ਥੀ ਔਰ ਲਾਹੌਰ ਮੇਂ ਆ ਕੇ ਰੁਕ ਜਾਤੀ ਥੀ। ਵੋ ਲਾਹੌਰ ਸੇ ਆਗੇ ਪਿਸ਼ਾਵਰ ਜਾ ਸਕਤੀ ਹੈ, ਪਿਸ਼ਾਵਰ ਸੇ ਆਗੇ ਅਫਗਾਨਿਸਤਾਨ ਜਾ ਸਕਤੀ ਹੈ, ਮੋਸਕੋ ਜਾ ਸਕਤੀ ਹੈ। ਸਾਹਿਬ ਆਪਕੀ ਸਬਜ਼ੀਆਂ, ਆਪਕੀ ਸਬਜ਼ੀਆਂ, ਆਪਕੇ ਚਾਵਲ, ਆਪਕੀ ਗੋਭੀ, ਉਹ ਬ੍ਰਸਲਸ ਤੱਕ ਜਾ ਸਕਤੀ। ਅਬ ਤੋ ਵੋ ਵਹਾਂ ਬ੍ਰੋਕਲੀ ਔਰ ਬ੍ਰਸਲ ਸਪਰਾਊਟ ਖਾਤੇ ਹੈ, ਕਿਉਂ ਖਾਤੇ ਹੈ, ਯਹਾਂ ਸੇ ਸਭ ਕੁਛ ਜਾਣਾ ਚਾਹੀਏ। ਯੇ ਮੇਰੀ ਉਮੀਦ ਹੈ, ਯੇ ਮੇਰਾ ਸਪਨਾ ਹੈ।